ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਕਾਂਗਰਸ ਦੀ ਬੁਰੀ ਤਰ੍ਹਾਂ ਉਲਝੀ ਹੋਈ ਤਾਣੀ ਨੇ ਰਾਜ ਦੇ ਰਾਜਸੀ ਦ੍ਰਿਸ਼ ਨੂੰ ਪੂਰੀ ਤਰ੍ਹਾਂ ਰੂਪਮਾਨ ਕੀਤਾ। ਮੈਂ ਆਪਣੇ ਪਿਛਲੇ 30 ਸਾਲ ਤੋਂ ਵਧੇਰੇ ਲੰਬੇ ਪ੍ਰੋਫੈਸ਼ਨ ਕੈਰੀਅਰ ਦੇ ਵਿੱਚ ਇਸ ਤਰ੍ਹਾਂ ਦੀ ਬੇਭਰੋਸਗੀ ਅਤੇ ਇਸ ਤਰ੍ਹਾਂ ਦਾ ਨਜ਼ਾਰਾ ਰਾਜਸੀ ਆਲਮ 'ਚ ਕਦੇ ਨਹੀਂ ਦੇਖਿਆ। ਇੱਕ ਪਾਸੇ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਮੁੱਖ ਮੰਤਰੀ ਰਹੇ ਬੀਬੀ ਰਜਿੰਦਰ ਕੌਰ ਪੱਠਲ, ਉਹਨਾਂ ਦੇ ਮੁਕਾਬਲੇ 'ਚ ਉਸੇ ਤਰ੍ਹਾਂ ਹੀ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ। ਦੋਹਾਂ ਵੱਲੋਂ ਇੱਕ ਦੂਜੇ 'ਤੇ ਦੋਸ਼ ਲਾਏ ਗਏ ਹੈ ਕਿ ਉਹ ਅਕਾਲੀ ਦਲ ਨਾਲ ਮਿਲੇ ਹੋਏ ਹੈ ਅਤੇ ਇੱਕ ਦੂਜੇ ਨੂੰ ਹਰਾਉਣ ਦੇ ਲਈ ਉਹਨਾਂ ਨੇ ਢਿੱਲ ਦਾ ਜ਼ੋਰ ਲਾਇਆ। ਇਹ ਤੋਂ ਸਿਖਰ ਪਾਰਟੀਆਂ ਦੇ ਅੰਦਰ ਹੋ ਨਹੀਂ ਸਕਦਾ। ਗੱਲ ਕੇਵਲ ਇਹਨਾਂ ਦੋਨਾਂ ਦੀ ਨਹੀਂ ਹੈ, ਪੰਜਾਬ ਦੇ ਅੰਦਰ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਭਾਰਤੀ ਜਨਤਾ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਹੈ, ਠਿੱਬੀ ਲਾਉਣ ਦੇ 'ਚ ਉਹਨਾਂ ਵੱਲੋਂ ਵੀ ਇੱਕ ਦੂਜੇ ਨੂੰ ਕਸਰ ਨਹੀਂ ਛੱਡੀ ਜਾ ਰਹੀ। ਇਹਨਾਂ ਸਾਰੇ ਮਾਮਲਿਆਂ 'ਤੇ ਚਰਚਾ 'ਚ ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ, ਕਰਨਲ ਸੀਡੀ ਸਿੰਘ ਕੰਬੋਜ, ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਨੇ, ਇਸੇ ਤਰ੍ਹਾਂ ਸਾਡੇ ਨਾਲ ਦੂਜੇ ਖਾਸ ਮਹਿਮਾਨ ਏਐਸ ਪ੍ਰਾਸ਼ਰ, ਜਿਹੜੇ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਅਤੇ ਪ੍ਰੈਸ ਕਲੱਬ ਦੇ ਸਾਬਕਾ ਪ੍ਰੈਜੀਡੈਂਟ ਨੇ। ਮੈਂ ਇਹਨਾਂ ਮਹਿਮਾਨਾਂ ਨੂੰ ਜੀ ਹਾਂ ਆਖਦਾ। ਕਰਨਲ ਸਾਹਿਬ, ਆਪਾਂ ਅੱਜ ਦੀ ਡਿਬੇਟ ਦਾ ਸਿਲਸਿਲਾ ਜਿੱਦਾਂ ਤੁਸੀਂ ਮੀਡੀਆ 'ਚ ਵੀ ਪੜ੍ਹਿਆ ਹੋਣਾ ਔਰ ਚੈਨਲਸ 'ਤੇ ਦੇਖਿਆ ਵੀ ਹੋਏਗਾ ਕਿ ਬੀਬੀ ਰਜਿੰਦਰ ਕੌਰ ਪੱਠਲ ਨੇ ਜਿਹੜਾ ਖਾਸ ਤੌਰ 'ਤੇ ਸਪੈਸੀਫਿਕ ਇਹ ਐਲੀਗੇਸ਼ਨ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪਾਰਲੀਮੈਂਟ ਦੇ ਅੰਦਰ ਪਾਰਟੀ ਦੇ ਹੀ ਦੂਜੇ ਨੰਬਰ ਦੇ ਨੇਤਾ, ਮੁੱਖ ਮੰਤਰੀ ਰਹੇ, ਪੰਜਾਬ ਦੇ ਜਿਹੜਾ ਹੈਗਾ ਪਾਰਟੀ ਦੇ ਪ੍ਰਧਾਨ ਰਹੇ, ਉਹਨਾਂ ਬਾਰੇ ਕਿਹਾ ਗਿਆ ਹੈ ਕਿ ਇਹ ਅਕਾਲੀ ਦਲ ਦੇ ਨਾਲ ਮਿਲੇ ਹੋਏ ਹੈ ਅਤੇ ਉਹਨਾਂ ਦਾ ਕਹਿਣਾ ਕਿ ਮੈਨੂੰ ਆਪਣੀ ਇਲੈਕਸ਼ਨ ਦੇ ਵਿੱਚ ਇਸ ਬੰਦੇ ਨੇ ਹਰਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ, ਪੈਸੇ ਵੀ ਭੇਜੇ ਅਤੇ ਬੰਦੇ ਵੀ ਭੇਜੇ। ਇਹੋ ਜਿਹੇ ਆਲਮ 'ਚ ਕੀ ਕਹੋਗੇ ਤੁਸੀਂ? ਇਟ ਇਜ਼ ਵੈਰੀ ਅਨਫੋਰਚੁਨੇਟ। ਦੇਖੋ, ਕੈਪਟਨ ਅਮਰਿੰਦਰ ਦੀ ਜਿਹੜੀ ਜਿੱਤ ਅੰਮ੍ਰਿਤਸਰ ਲੋਕ ਸਭਾ ਵਿੱਚ ਹੋਈ, ਜੀ ਜੀ, ਉਸ ਆਦਮੀ ਦੇ ਵਿਰੁੱਧ ਜਿਹਨੂੰ ਕਿ ਫਿਊਚਰ ਫਾਈਨੈਂਸ ਮਿਨਿਸਟਰ ਡਿਕਲੇਅਰ ਕੀਤਾ ਗਿਆ ਸੀ ਤਕਰੀਬਨ, ਔਰ ਫਾਈਨੈਂਸ ਮਿਨਿਸਟਰ ਬਣੇ ਵੀ ਜੀ, ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈ ਅੰਮ੍ਰਿਤਸਰ ਉਹਨਾਂ ਦਾ ਏਰੀਆ ਹੈ, ਔਰ ਬਾਦਲ ਸਾਹਿਬ, ਬਿਕਰਮਜੀਤ ਜੀ ਮਜੀਠੀਆ, ਸੁਖਵੀਰ ਸਿੰਘ ਬਾਦਲ ਜੀ, ਉਹਨਾਂ ਨੂੰ ਬੜੇ ਮਾਣਦਾਰ ਨਾਲ ਲੈ ਕੇ ਆਏ ਕਿ ਤੁਸੀਂ ਬਸ ਉੱਥੇ ਆ ਕੇ ਸ਼ਕਲ ਦਿਖਾ ਦਿਓ, ਤੁਹਾਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਜੀ, ਔਰ ਉਹਨਾਂ ਦੇ ਬਾਰੇ ਇੱਦਾਂ ਦਾ ਪ੍ਰਚਾਰ ਕੀਤਾ ਗਿਆ ਕਿ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾ ਲਈਏ ਤਾਂ ਟਰੱਕਾਂ ਦੇ ਟਰੱਕ ਭਰ ਕੇ ਨੋਟਾਂ ਦੇ ਦਿੱਲੀ ਤੋਂ ਆਉਣਗੇ, ਪੰਜਾਬ 'ਚ ਆਉਣਗੇ, ਤੁਹਾਤੋਂ ਦਿੱਲੀ ਤੋਂ ਆਉਣਗੇ ਇੱਥੇ ਜੀ ਜੀ, ਔਰ ਤੁਹਾਤੋਂ ਸਾਹਮਣੇ ਨਹੀਂ ਜਾਣਗੇ ਅਤੇ ਅੰਮ੍ਰਿਤਸਰ ਦਾ ਨਕਸ਼ਾ ਬਦਲ ਜਾਏਗਾ। ਉਸ ਅਰੁਣ ਜੇਟਲੀ ਸਾਹਿਬ ਨੂੰ ਜੀ ਅਮਰਿੰਦਰ ਦਾ ਪਟਿਆਲਿਓਂ ਜਾ ਕੇ ਇੰਨੀ ਬੁਰੀ ਤਰ੍ਹਾਂ ਨਾਲ ਹਰਾਉਣਾ ਜੀ, ਇਹ ਕਾਂਗਰਸ ਵਾਸਤੇ ਬੜੀ ਸ਼ਾਨ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਉਹਨਾਂ ਨੇ ਅਰੁਣ ਜੇਟਲੀ ਵਰਗੇ ਬੰਦੇ ਨੂੰ, ਇਸ ਗੱਲ ਬਾਰੇ ਕੋਈ ਦੋ ਰਾਏ ਨਹੀਂ ਹੈ, ਜੇ ਇਹ ਕਹੋ ਕਿ ਉਹ ਬਾਦਲ ਸਾਹਿਬ ਨਾਲ ਮਿਲ ਕੇ ਅਰੁਣ ਜੇਟਲੀ ਨੂੰ ਹਰਾਇਆ ਹੈ, ਮੇਰੇ ਤੇ ਗੱਲ ਹਜ਼ਮ 'ਚ ਨਹੀਂ ਹੁੰਦੀ। ਓਕੇ, ਮੈਨੂੰ ਨਹੀਂ ਸਮਝ ਆਉਂਦੀ ਕਿ ਬੀਬੀ ਪੱਠਲ ਨੇ ਇਹ ਗੱਲ ਕਿਉਂ ਕਹੀ। ਓਕੇ, ਪਰ ਜਦੋਂ ਦੂਜੇ ਪਾਸੇ ਕੈਪਟਨ ਅਮਰਿੰਦਰ ਵੀ ਇਹ ਗੱਲ ਕਹਿੰਦੇ ਕਿ ਬੀਬੀ ਰਜਿੰਦਰ ਕੌਰ ਪੱਠਲ ਜਿਹੜੀ ਹੈਗੀ ਹੈ ਉਹ ਅਕਾਲੀ ਦਲ ਨਾਲ ਮਿਲੀ ਹੋਈ ਹੈ, ਉਹ ਗੱਲ ਕਿੰਨੀ ਕੁ ਸ਼ੋਭਾ ਦਿੰਦੀ ਹੈ? ਉਹ ਵੀ ਸ਼ੋਭਾ ਨਹੀਂ ਦਿੰਦੀ ਜੀ। ਤੁਸੀਂ ਲੇਕਿਨ ਜਦੋਂ ਬੀਬੀ ਪੱਠਲ ਨੇ ਇਹ ਗੱਲ ਕੀਤੀ ਤਾਂ ਅਮਰਿੰਦਰ ਨੇ ਉਹਨਾਂ ਦਾ ਜਵਾਬ ਵਿੱਚ ਇਹ ਗੱਲ ਕਹੀ, ਔਰ ਜਿਹੜਾ ਹੈ ਉਹ ਵੀ ਨਹੀਂ, ਜੇ ਤੁਸੀਂ ਆਪਣੀ ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ ਜੀ, ਯੂ ਆਰ ਵਾਸ਼ਿੰਗ ਯੂਅਰ ਡਰਟੀ ਲਿਨਨ ਇਨ ਦੀ ਓਪਨ, ਤੁਸੀਂ ਇਹ ਨਹੀਂ ਹੋਣਾ ਚਾਹੀਦਾ। ਓਕੇ, ਗੱਲ ਤਰੀਕੇ ਨਾਲ ਜੀ, ਜਿਹੜੀ ਦਰਅਸਲ ਮੈਂ ਇੱਕ ਫੌਜੀ ਹੈਗਾ ਔਰ ਮੇਰੇ ਹਿਸਾਬ ਨਾਲ ਡਿਸਿਪਲਿਨ ਕਿਸੇ ਵੀ ਆਰਗੇਨਾਈਜੇਸ਼ਨ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ ਜੀ, ਲੇਕਿਨ ਅੱਜ ਤੁਸੀਂ ਕਾਂਗਰਸ ਦੀ ਗੱਲ ਤਾਂ ਕਰ ਦਿੱਤੀ ਔਰ ਮੈਂ ਤੁਹਾਨੂੰ ਕਿਹਾ ਕਿ ਵੀ ਇਹ ਗੱਲ ਠੀਕ ਨਹੀਂ ਹੈਗੀ, ਲੇਕਿਨ ਅੱਜ ਡਿਸਿਪਲਿਨ ਕਿਹੜੀ ਪਾਰਟੀ 'ਚ ਹੈ? ਤੁਸੀਂ ਦੇਖੋ ਬੀਜੇਪੀ ਦੇ ਡਾਕਟਰ ਸਿੱਧੂ, ਉਹ ਆਪਣੀ ਸਰਕਾਰ ਦੇ ਖਿਲਾਫ ਧਰਨਾ ਲਾਈ ਬੈਠੇ ਨੇ ਜੀ, ਬੁਲਾਰੀਆ ਸਾਹਿਬ ਉਹ ਪਾਰਲੀਮੈਂਟਰੀ ਸੈਕਟਰੀ ਨੇ, ਉਹ ਆਪਣੀ ਪਾਰਟੀ ਦੇ ਖਿਲਾਫ ਧਰਨਾ ਲਾਈ ਬੈਠੇ ਜੀ, ਆਮ ਆਦਮੀ ਪਾਰਟੀ ਦੇ ਵਿੱਚ ਹਾਲੇ ਜੁੰਮਾ ਹੋਇਆ, ਉਹਨਾਂ ਨੂੰ 6 ਦਿਨ ਪਾਰਟੀ ਬਣੀ ਨੂੰ। ਕਰਨਲ ਕੰਬੋਜ, ਬਿਲਕੁਲ ਬਿਲਕੁਲ ਸਹੀ ਗੱਲ ਹੈ, ਪਰ ਇਸ ਵੇਲੇ ਕਿਉਂਕਿ ਹੁਣ ਆਪਾਂ ਚਰਚਾ ਇਸ ਮੁੱਦੇ ਉੱਤੇ ਤੇ ਕਰ ਰਹੇ ਹਾਂ ਕਿ ਸਾਡੇ ਕਾਂਗਰਸ ਦੇ ਘਰ ਦੇ ਵਿੱਚ ਕੀ ਵਾਪਰ ਹੈ। ਪ੍ਰਸ਼ਨ ਸਾਹਿਬ, ਜਿੱਦਾਂ ਤੁਸੀਂ ਬੜੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਕਵਰ ਕੀਤਾ,
ਜਿਹੜਾ ਹੁਣ ਇਸ ਵੇਲੇ ਸੀਨ ਕਾਂਗਰਸ ਦਾ ਉੱਭਰ ਕੇ ਸਾਹਮਣੇ ਆ ਰਿਹਾ, ਬੀਇੰਗ ਏ ਜਰਨਲਿਸਟ ਤੁਸੀਂ ਕੀ ਦੇਖਦੇ ਹੋ? ਜਗਤਾਰ ਜੀ, ਗੱਲ ਬੜੀ ਸਿੰਪਲ ਹੈ ਕਿ ਜਿਹੜਾ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਔਰ ਇਹਦੇ ਜਿਹੜੇ ਟੌਪ ਦੇ ਲੀਡਰ ਹੈ ਆਪਸ ਦੇ ਵਿੱਚ ਜੋ ਦੁਸ਼ਮਣਬਾਜ਼ੀ ਰੋਜ਼ ਹੋ ਰਹੀ ਹੈ ਜੀ ਜੀ, ਔਰ ਇਹ ਸ਼ਬਦੀ ਜੰਗ ਚੱਲ ਰਹੀ ਹੈ, ਇਹਦਾ ਮੁੱਖ ਕਾਰਨ ਇਹ ਹੈ ਕਿ ਇਹ ਪੰਜਾਬ ਦੇ ਕਾਂਗਰਸ ਦੇ ਅਧਿਆਕਸ਼ ਪਦ ਦੀ ਦੌੜ ਹੈ ਜੀ ਜੀ, ਔਰ ਪ੍ਰਧਾਨਗੀ ਦੀ ਲੜਾਈ ਹੈ, ਉਹਦੇ ਲਈ ਰੱਸਾਕਸ਼ੀ ਹੋ ਰਹੀ ਹੈ। ਓਕੇ, ਕਿਉਂਕਿ ਜਦੋਂ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ 2-2.5 ਸਾਲ ਪਹਿਲੇ ਪੰਜਾਬ ਕਾਂਗਰਸ ਦਾ ਅਧਿਆਕਸ਼ ਬਣਾਇਆ ਗਿਆ ਜੀ, ਤਾਂ ਤੋਂ ਪੰਜਾਬ ਦੇ ਕਈ ਲੀਡਰਾਂ, ਖਾਸ ਤੌਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਪਸੰਦ ਨਹੀਂ ਆਈ। ਉਹਨਾਂ ਨੇ ਤਾਂ ਓਪਨਲੀ ਹੀ ਉਹਨਾਂ ਦਾ ਵਿਰੋਧ ਕੀਤਾ, ਕਿਹਾ ਕਿ ਇਹਦੇ ਜੀ ਸਮਗਲਰ ਨਾਲ ਲਿੰਕ ਹੈਗੇ ਆ, ਇਹਨਾਂ ਦੀ ਜਿਹੜੀ ਬੈਕਗਰਾਊਂਡ ਹੈਗੀ ਹੈ ਬੜੀ ਕੰਟਰੋਵਰਸ਼ਲ ਹੈ, ਔਰ ਚਿੱਠੀ ਲਿਖ ਕੇ ਉੱਥੇ ਭੇਜੀ ਹਾਈਕਮਾਂਡ ਨੂੰ, ਔਰ ਉਹ ਅਖਬਾਰਾਂ 'ਚੋਂ ਵੀ ਲੀਕ ਕੀਤੀ, ਅਖਬਾਰਾਂ 'ਚ ਵੀ ਛਪੀ ਵੀ ਬੜੀ ਵਾਈਡਲੀ ਜੀ ਜੀ, ਔਰ ਤਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਕਿ ਪ੍ਰਤਾਪ ਬਾਜਵੇ ਦੇ ਪੈਰ ਨਾ ਜੰਮ ਸਕਣ ਜੀ। ਹਾਲਾਂਕਿ ਇਹ ਜਿਹੜੇ ਈਵਨ ਜਦੋਂ 2 ਸਾਲ ਪਹਿਲੇ ਲੋਕ ਸਭਾ ਦੇ ਚੁਣਾਵ ਹੋਏ, ਉਹਦੇ ਵਿੱਚ ਵੀ ਦੋਨਾਂ ਨੇ ਇੱਕ ਦੂਜੇ ਦੀ ਵਨ ਅਪ ਮੈਨਸ਼ਿਪ 'ਚ ਇਹ ਕੋਸ਼ਿਸ਼ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਦੇ ਚੋਣ ਅੰਮ੍ਰਿਤਸਰ 'ਚ ਫਸਾਇਆ ਜਾਏ, ਔਰ ਉਹਨਾਂ ਦੀ ਇਹ ਸੀ ਕਿ ਜਿਹੜਾ ਪ੍ਰਤਾਪ ਬਾਜਵਾ ਇਹ ਵੀ ਇਲੈਕਸ਼ਨ ਲੜੇ ਜੀ, ਉਹ ਵੀ ਗੁਰਦਾਸਪੁਰ 'ਚ ਲੜੇ, ਇੱਕ ਦੂਜੇ ਦਾ ਬਦਲਾ ਲੈਣ ਦਾ ਮੌਕਾ ਮਿਲੇ, ਦੋਨੋਂ ਚਾਹੁੰਦੇ ਸੀ ਕਿ ਪੰਜਾਬ 'ਚ ਨਿਕਲੋ ਜੀ ਜੀ, ਤਾਂ ਕਿ ਦੂਜੇ ਦੀ ਰਾਹ ਹਮਵਾਰ ਹੋਵੇ। ਉਹ ਹਾਲਤ ਇਹ ਹੋਈ ਕਿ ਕੈਪਟਨ ਅਮਰਿੰਦਰ ਜਿੱਤ ਗਏ ਜੀ, ਉਹ ਪ੍ਰਤਾਪ ਬਾਜਵਾ ਹਾਰ ਗਏ ਜੀ ਜੀ, ਹਾਲਾਂਕਿ ਸਾਰੀ ਗੇਮ ਪ੍ਰਤਾਪ ਬਾਜਵਾ ਨੇ ਉਸ ਵੇਲੇ ਚਲਾਈ ਸੀ ਜੀ ਜੀ। ਹੁਣ ਕਿਉਂਕਿ ਐਂ ਲੱਗਦਾ ਹੈ ਕਿ ਪਿਛਲੇ ਜਿੰਦੇ ਕੌਰ ਭੱਠਲ ਪਹਿਲੀ ਵਾਰੀ ਮੈਦਾਨ 'ਚ ਇੱਦਾਂ ਖੁੱਲ੍ਹ ਕੇ ਆਏ, ਯੈਸ, ਉਹਦੀ ਵਜ੍ਹਾ ਹੁਣ ਇਹੀ ਹੈ ਕਿ ਬੀਬੀ ਭੱਟਲ 2-3 ਦਿਨ ਪਹਿਲੇ ਸੋਨੀਆ ਨੂੰ ਮਿਲ ਕੇ ਆਈ ਹੈ ਦਿੱਲੀ ਦੇ ਵਿੱਚ, ਬਿਲਕੁਲ, ਉੱਥੇ ਹੁਣ ਪਤਾ ਨਹੀਂ ਉਹਨਾਂ ਨੂੰ ਇਸ਼ਾਰਾ ਕੋਈ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ, ਉਹਨਾਂ ਨੇ ਆ ਕੇ ਆਪਣਾ ਨਵਾਂ ਜਿਹੜਾ ਨਾ ਦਾਗ ਦਿੱਤਾ, ਬਿਆਨ ਦਾਗ ਦਿੱਤਾ ਜੀ, ਔਰ ਉਹਨਾਂ ਦਾ ਇਹ ਕਹਿਣਾ ਕਿ ਜੋ ਗੱਲ ਹੈ ਕਿ ਕੈਪਟਨ ਅਮਰਿੰਦਰ ਜਿਹੜੇ ਨਾ ਹੌਲੀ ਹੌਲੀ ਹੀ ਇਜ਼ ਲੂਜ਼ਿੰਗ ਇਜ਼ ਪੇਸ਼ੈਂਸ, ਕਿਉਂਕਿ ਇਹ ਕਾਫੀ ਦੇਰ ਤੋਂ ਇੰਤਜ਼ਾਰ ਸੀ ਉਹਨਾਂ ਨੂੰ, ਸ਼ਾਇਦ ਕੋਈ ਆਹੋ ਜਿਹੀ ਉਮੀਦ ਸੀ ਕਿ ਚੋਣਾਂ ਦੇ ਨੇੜੇ ਆ ਕੇ ਪਾਰਟੀ ਦੇ ਪ੍ਰਧਾਨਗੀ ਵਿੱਚ ਚੇਂਜ ਆਏਗੀ ਔਰ ਮੈਨੂੰ ਸ਼ਾਇਦ ਬਣਾਇਆ ਜਾਏਗਾ, ਉਹ ਕੰਮ ਹੋ ਨਹੀਂ ਰਿਹਾ ਜੀ, ਉਹ ਕਿਉਂ ਨਹੀਂ ਹੋ ਰਿਹਾ, ਉਹ ਤਾਂ ਹਾਈਕਮਾਂਡ ਜਾਣੇ, ਲੇਕਿਨ ਉਹ ਫਿਰ ਹੌਲੀ ਹੌਲੀ ਜਿਹੜੇ ਆ ਇਰੀਟੇਟ ਵੀ ਹੋ ਰਹੇ ਆ, ਓਪਨਲੀ ਵੀ ਬੋਲ ਰਹੇ, ਕਦੀ ਉਹ GST ਦੇ ਮੁੱਦੇ ਉੱਤੇ ਇਹਦਾ ਵਿਰੋਧ ਕਰ ਰਹੇ ਆ, ਕਦੀ ਉਹ ਪਾਰਲੀਮੈਂਟ 'ਚ ਜਿਹੜਾ ਧਰਨਾ ਦਿੱਤਾ ਗਿਆ ਉੱਤੇ ਕਰ ਰਹੇ ਆ, ਤੀਜਾ ਉਹ ਵਾਰ ਵਾਰ ਇਹ ਕਹਿ ਰਿਹਾ ਕਿ ਮੇਰਾ ਦਿੱਲੀ 'ਚ ਕੋਈ ਇੰਟਰਸਟ ਨਹੀਂ, ਮੈਂ ਤਾਂ ਪੰਜਾਬ 'ਚ ਰਹੂੰਗਾ। ਵਿਦ ਦੀ ਰਿਜ਼ਲਟ ਕਿ ਥਰੂ ਆਊਟ ਲੋਕ ਸਭਾ ਦਾ ਜਿਹੜਾ ਹੁਣ ਮੌਨਸੂਨ ਸੈਸ਼ਨ ਹੋਇਆ ਉੱਥੇ ਗਈ ਨਹੀਂ। ਅਤੇ ਪ੍ਰਾਚੀ, ਬ੍ਰੇਕ ਤੋਂ ਪਹਿਲਾਂ ਮੈਂ ਜ਼ਰੂਰ ਇੰਨਾ ਕੁ ਜਾਣਨਾ ਚਾਹਾਂਗਾ ਕਿ ਪੋਲੀਟੀਕਲ ਤੌਰ 'ਤੇ ਜਿਹੜਾ ਪਾਰਟੀ ਦੇ ਅੰਦਰ ਕੋਹਰਾਮ ਮੱਚਿਆ ਹੋਇਆ, ਦੂਜੀਆਂ ਜਿਹੜੀਆਂ ਇਸ ਵੇਲੇ ਰੂਲਿੰਗ ਗਰੁੱਪ ਹੈਗੇ, ਉਹਨਾਂ ਨੂੰ ਬੈਨੀਫਿਟ ਹੋਏਗਾ ਕਿ ਨਹੀਂ ਹੋਏਗਾ? ਜਗਤਾਰ ਜੀ, ਹਾਲਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੱਛੇ ਜਿਹੇ ਮੇਰੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ ਜੀ ਜੀ, ਉਹ ਇਹ ਕਹਿੰਦੇ ਕਿ ਅਸੀਂ 2017 ਦੇ ਇਲੈਕਸ਼ਨ ਲੜਨ ਲਈ ਤਿਆਰ ਬਰ ਤਿਆਰ ਹੈ, ਲੇਕਿਨ ਸਾਨੂੰ ਕਿਹਦੇ ਨਾਲ ਇਲੈਕਸ਼ਨ ਲੜਨਾ ਇਹੀ ਨਜ਼ਰ ਨਹੀਂ ਆ ਰਿਹਾ। ਓਕੇ, ਜੇ ਸਾਹਮਣੇ ਇਸ ਲਈ ਕਾਂਗਰਸ ਪਾਰਟੀ ਦੇ ਲੀਡਰਸ਼ਿਪ, ਮਾਫ ਕਰਨਾ ਮੈਂ ਜਦੋਂ ਗੱਲ ਪੂਰੀ ਕਰ ਲਾਂ, ਉਹ ਆਪਸ 'ਚ ਉਲਝੇ ਹੋਏ ਆ, ਉਹਨਾਂ ਨੇ ਕੋਈ ਸਾਨੂੰ ਅਪੋਜੀਸ਼ਨ ਪੇਸ਼ ਨਹੀਂ ਕਰ ਸਕਣੀ। ਆਮ ਆਦਮੀ ਪਾਰਟੀ ਦਾ ਗ੍ਰਾਫ ਦਿਨੋ ਦਿਨ ਗਿਰਤਾ ਜਾ ਰਿਹਾ, ਜੋ ਦਿੱਲੀ ਦੇ ਵਿੱਚ ਕੇਜਰੀਵਾਲ ਉਹਨਾਂ ਦੀ ਸਰਕਾਰ ਕਰਦੀ ਹੈ, PPP ਅਸੀਂ ਉਦਾਂ ਖਤਮ ਕਰਤੀ, ਇਲੈਕਸ਼ਨ ਕਿੰਨਾ ਲੜਨਾ, ਸਾਡਾ ਕੰਮ ਸਾਹਮਣੇ ਨਜ਼ਰ ਨਹੀਂ ਆ ਰਿਹਾ। ਆਪਾਂ ਕੰਨੀ ਸਾਹਿਬ, ਆਪਾਂ ਇਸ ਮੁੱਦੇ 'ਤੇ ਦੁਬਾਰਾ ਆਉਂਦੇ ਹਾਂ, ਮੈਨੂੰ ਮਾਫ਼ ਕਰਨਾ, ਵਕਤ ਤੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਿਹੜੀ ਕਾਂਗਰਸ ਦੀ ਇਸ ਵੇਲੇ ਅੰਦਰਲੀ ਹਾਲਤ ਬਣੀ ਵੀ ਹੈ, ਜਿੱਦਾਂ ਕਰਨਲ ਸਾਹਿਬ ਦਾ ਕਹਿਣਾ ਕਿ ਬਾਕੀ ਪੋਲੀਟੀਕਲ ਪਾਰਟੀਆਂ ਵੀ ਇਸ ਤੋਂ ਕੋਈ ਬਚੀਆਂ ਨਹੀਂ ਹੈ, ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਾਂਗੇ ਬ੍ਰੇਕ ਦੇ ਬਾਅਦ। ਪੰਜਾਬ TV ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਆਪਾਂ ਪਹਿਲਾਂ ਚਰਚਾ ਕਰ ਰਹੇ ਸੀ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਜਿਹੜੀ ਫੁੱਟ ਨਜ਼ਰ ਆ ਰਹੀ ਹੈ, ਉਹਦਾ ਕੀ ਇੰਪੈਕਟ ਹੈ, ਔਰ ਬਾਕੀ ਪੋਲੀਟੀਕਲ ਪਾਰਟੀਆਂ ਇਹਨਾਂ ਮੁੱਦਿਆਂ 'ਤੇ ਕਿੱਦਾਂ ਸੋਚਦੀਆਂ। ਕਰਨ ਸਾਹਿਬ, ਜਿੱਦਾਂ ਬ੍ਰੇਕ ਤੋਂ ਪਹਿਲਾਂ ਪ੍ਰਾਚੀ ਜੀ ਦਾ ਇਹ ਕਹਿਣਾ ਸੀ ਕਿ ਸੁਖਬੀਰ ਬਾਦਲ ਜਿਹੜੇ ਡਿਪਟੀ CM, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦਾ ਕਹਿਣਾ ਕਿ ਸਾਡੇ ਸਾਹਮਣੇ ਵਿਰੋਧੀ ਨਹੀਂ ਨਜ਼ਰ ਆ ਰਹੇ ਅਤੇ ਸਾਡੀ ਲੜਾਈ ਕਿਹਦੇ ਨਾਲ ਹੈ, ਇਹ ਸ਼ਾਇਦ ਤੁਹਾਡੀ ਲੜਾਈ ਨੂੰ ਦੇਖ ਕੇ ਉਹਨਾਂ ਨੇ ਕਮੈਂਟ ਕੀਤੇ ਹੈ। ਦਰਅਸਲ ਪਰਮਾਤਮਾ ਉਹਨਾਂ ਨੂੰ ਇਸੇ ਗਲਤ ਫਹਿਮੀ 'ਚ ਰੱਖੇ ਜੀ। ਸੁਖਬੀਰ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਕਿ ਲੋਕ ਅੱਜ ਉਹਨਾਂ ਤੋਂ ਮਾਯੂਸ ਨਹੀਂ, ਲੋਕ ਉਹਨਾਂ ਨੂੰ ਨਫ਼ਰਤ ਕਰਦੇ ਨੇ।
और उस सामने कोई भी आया ये तुसी मेरे तो लिख लो सिद्धू साहब कहने के बदल नहीं लभ रहा कोई उन्होंने मैं क्या बदल लभू जिथे मर्जी वोट पा दें उन्होंने बादल साहब और अकाली दल नू वोट नहीं पाउणी ओके अज तक कदे होया है हिस्टरी दे विच कि तुहाडे मंत्री तुहाडे खिलाफ धरनियां ते बैठे होण मैनू तो मेरी जिंदगी दे विच तो मैं तो कदे देखिया नहीं जी जी राइट जे बहुत पुराने तुसी दोनों पत्रकार हैगे हो ਤੁਹਾਨੂੰ ਕੋਈ ਇਹੋ ਜਿਹਾ ਇੰਸੀਡੈਂਟ ਯਾਦ ਹੋਵੇ ਨਹੀਂ ਮੈਂ ਤਾਂ ਜੋ ਕੁਝ ਰਾਜਨੀਤੀ 'ਚ ਵਾਪਰਿਆ ਮੈਂ ਪਹਿਲਾਂ ਕਹਿ ਕੇ ਹਟਿਆ ਪਹਿਲਾਂ ਨਹੀਂ ਦੇਖਿਆ ਦੇਖਿਆ ਕਦੇ ਤੁਸੀਂ ਦੇਖੋ ਕਿ ਇੱਕ ਉਹ ਮਿਸਿਸ ਸਿੱਧੂ ਚੀਫ ਪਾਰਲੀਮੈਂਟਰੀ ਸੈਕਟਰੀ ਜੀ ਉਹ ਧਰਨੇ 'ਤੇ ਬੈਠੀ ਹੈ ਭੁੱਖ ਹੜਤਾਲ ਕੀਤੀ ਦੂਜਾ ਤੁਹਾਡਾ ਪ੍ਰਿੰਸੀਪ ਪਾਰਲੀਮੈਂਟਰੀ ਸੈਕਟਰੀ ਬੁਲਾਰੀਆ ਉਹ ਉੱਥੇ ਭੁੱਖ ਹੜਤਾਲ 'ਤੇ ਬੈਠਾ ਤੁਸੀਂ ਲੋਕਾਂ ਤੋਂ ਕੀ ਵਿਸ਼ਵਾਸ ਕਰਦੇ ਹੋ ਤੁਹਾਡੇ ਤਾਂ ਆਪਣੀ ਸਥਿਤੀ ਹੈ ਉਹ ਕੇਸ ਹੈ ਉਹ ਤੁਹਾਡੇ ਤੋਂ ਦੁਖੀ ਹੋਏ ਬੈਠੇ ਨੇ ਤੁਸੀਂ ਕਹਿੰਦੇ ਤੁਹਾਡਾ ਮੁਕਾਬਲਾ ਤੁਸੀਂ ਪਹਿਲਾਂ ਆਪਣੇ ਬੰਦਿਆਂ ਨਾਲ ਤਾਂ ਮੁਕਾਬਲਾ ਕਰ ਲਓ ਸਾਡੇ ਨਾਲ ਮੁਕਾਬਲਾ ਬਾਅਦ 'ਚ ਕਰੀਓ ਪਹਿਲਾਂ ਅਕਾਲੀ ਦਲ ਦੇ ਜਿਹੜੇ ਮਿਨਿਸਟਰ MP MLA ਤੁਹਾਡੇ ਜਥੇਦਾਰ ਉਹਨਾਂ ਨੇ ਤੁਹਾਡੀ ਜਿਹੜੀ ਹੈ ਉਹ ਤੁਹਾਡੀਆਂ ਗੋਡਣੀਆਂ ਲਵਾਉਣੀਆਂ ਬਾਕੀਆਂ ਦੀ ਤਾਂ ਸਾਡੀ ਤਾਂ ਲੋੜ ਹੀ ਨਹੀਂ ਪੈਣੀ ਓਕੇ ਓਕੇ ਮੈਂ ਆਪਣੇ ਦਰਸ਼ਕਾਂ ਲਈ ਉਚੇਚੇ ਤੌਰ 'ਤੇ ਦੱਸਣਾ ਚਾਹੁੰਦਾ ਕਿ ਬ੍ਰੇਕ ਤੋਂ ਪਹਿਲਾਂ ਜਿੱਦਾਂ ਸਾਡੇ ਦੋ ਮਹਿਮਾਨ ਸੀ ਤੀਜੇ ਮਹਿਮਾਨ ਸਾਡੇ ਜਿਹੜੇ ਕਿਸਾਨਾਂ ਦੇ ਹਿੱਤਾਂ ਦੇ ਲਈ ਅਤੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦੇ ਤੌਰ 'ਤੇ ਜਾਣੇ ਗਏ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਇਸ ਵੇਲੇ ਪੈਨਲ 'ਚ ਜੁੜ ਚੁੱਕੇ ਹੈ ਪ੍ਰੋਫੈਸਰ ਮਨਜੀਤ ਸਿੰਘ ਮੈਂ ਤੁਹਾਡੇ ਨਾਲ ਸਿਲਸਿਲੇ 'ਚ ਇਹ ਇਸ਼ੂ ਜਿਹੜਾ ਪਹਿਲਾਂ ਡਿਸਕਸ਼ਨ 'ਚ ਆ ਰਿਹਾ ਸੀ ਕਿ ਪੰਜਾਬ ਦੇ ਅੰਦਰ ਇਕੱਲਾ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੈ ਜਿੱਦਾਂ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਵੀ ਇੱਦਾਂ ਦੀ ਸਥਿਤੀ ਹੈ ਆਮ ਆਦਮੀ ਪਾਰਟੀ ਸਵਰਾਜ ਅਭਿਆਨ ਅਤੇ ਆਮ ਆਦਮੀ ਪਾਰਟੀ ਜਿਹੜੀ ਪਹਿਲਾਂ ਤੁਹਾਡਾ ਪੁਰਾਣੀ ਪਾਰਟੀ ਰਹੀ ਹੈ ਆਪਸ ਵਿੱਚ ਇਹਨਾਂ ਦੇ ਬਹੁਤ ਟਕਰਾਅ ਰਹੇ ਇਹਨਾਂ ਦਾ ਕਹਿਣਾ ਕਿ ਸਾਰੀਆਂ ਪਾਰਟੀਆਂ ਦੇ ਇਹ ਹਾਲ ਹੈ ਕਾਂਗਰਸ ਬਾਰੇ ਆਪਾਂ ਕੀ ਗੱਲ ਕਰਦੇ ਹਾਂ ਨਹੀਂ ਨਹੀਂ ਇਕੱਲੀ ਕਾਂਗਰਸ ਦੀ ਗੱਲ ਨਹੀਂ ਹੈ ਇਹ ਤਾਂ ਗੱਲ ਠੀਕ ਹੈ ਬੜੀ ਦੁੱਖ ਨਾਲ ਕਹਿਣਾ ਪੈਂਦਾ ਕਿ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਖਲਾਅ ਹੈਗਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕ ਹਰ ਹਾਲਤ ਅਕਾਲੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਅਕਾਲੀਆਂ ਪਾਰਟੀ ਤੋਂ ਨਹੀਂ ਅਕਾਲੀ ਪਰਿਵਾਰ ਤੋਂ ਮਤਲਬ ਜਿਹੜੇ ਬਾਦਲ ਪਰਿਵਾਰ ਤੋਂ ਸੌਰੀ ਮਤਲਬ ਉਹ ਉਹਨਾਂ ਨੂੰ ਐਂ ਲੱਗਦਾ ਕਿ ਪੰਜ ਚਾਰ ਬੰਦੇ ਜਿਹੜੇ ਸਾਰੇ ਸੂਬੇ ਨੂੰ ਦਬਾਈ ਫਿਰਦੇ ਆ ਕਿਸੇ ਨੇ ਆਪਣੇ ਹੱਥ 'ਚ ਜਾਣੀ ਮੁੱਠ 'ਚ ਦਿੱਤਾ ਪ੍ਰੋਫੈਸਰ ਮਨਜੀਤ ਸਿੰਘ ਜਿਹੜਾ ਅਕਾਲੀਆਂ ਜਿਹੜਾ ਲੋਕਾਂ ਦੇ ਦੁੱਖ ਦੀ ਗੱਲ ਆ ਉਹ ਤਾਂ ਇਹਨਾਂ ਨੇ ਵੀ ਕੀਤੀ ਹੈ ਬਿਲਕੁਲ ਤੁਸੀਂ ਵੀ ਠੀਕ ਕਹਿ ਰਹੇ ਹੋ ਆਪਣੀ ਗੱਲ ਜਿਹੜੀ ਹੈਗੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਕਿ ਲੋਕਾਂ ਦਾ ਜਿਹੜਾ ਬਦਲ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਹੈ ਅਤੇ ਸਾਰਾ ਉਹਨਾਂ ਦਾ ਜਿੱਦਾਂ ਦਾ ਟਕਰਾਅ ਹੋ ਰਿਹਾ ਉਹ ਜਦੋਂ ਲੋਕਾਂ ਨੂੰ ਦਿਖਦਾ ਹੁੰਦਾ ਨਾ ਵੀ ਸਾਨੂੰ ਲੋਕ ਸਾਡੇ ਪਿੱਛੇ ਸਾਡੇ ਮਤਲਬ ਲੱਗੇ ਹੋਏ ਆ ਜੀ ਜੀ ਉਹ ਬਦਲ ਆਪੇ ਹੌਲੀ ਹੌਲੀ ਅਜੇ ਸਾਡੇ ਕੋਲ ਸਾਲ ਸਵਾ ਸਾਲ ਦਾ ਟਾਈਮ ਹੈਗਾ ਲੱਭ ਲੈਣ ਨੂੰ ਲੱਗਦਾ ਇੰਨੀ ਕੁ ਅਕਲ ਤਾਂ ਕਾਂਗਰਸ ਵੀ ਕਰੂਗੀ ਅਤੇ ਆਮ ਆਦਮੀ ਪਾਰਟੀ ਵੀ ਕਰੂਗੀ ਹੁਣ ਆਮ ਆਦਮੀ ਪਾਰਟੀ ਨੇ ਵੀ ਇਹ ਮੂਰਖਤਾ ਤਾਂ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਸਾਰੀ ਚੀਜ਼ ਨੂੰ ਇਕੱਠੇ ਰੱਖਣ ਦੀ ਜਗ੍ਹਾ ਆਪਣੇ ਆਪ ਮਿਹਨਤ ਨਾਲ ਉਹਨੂੰ ਦਫਾੜ ਪਾਇਆ ਵਿੱਚ ਜੀ ਜੀ ਅਤੇ ਇਸੇ ਤਰ੍ਹਾਂ ਹੀ ਕਾਂਗਰਸ ਵੀ ਘੱਟ ਮਿਹਨਤ ਨਹੀਂ ਕਰ ਰਹੀ ਹੈ ਉਹ ਅਤੇ ਇਹ ਜਿਹੜੀ ਗੱਲ ਹੈ ਲੋਕਾਂ ਨੂੰ ਬੜਾ ਦੁੱਖ ਦਿੰਦੀ ਹੈ ਪਰ ਸਵਾਲ ਇਹੀ ਕਾਰਨ ਆ ਜਿਹੜੀ ਇਹ ਕਹਿ ਰਹੇ ਸੀ ਕੰਬੋਜ ਸਾਹਿਬ ਗੱਲ ਕਹਿ ਰਹੇ ਇਹ ਗੱਲ ਠੀਕ ਕਹਿ ਰਹੇ ਆ ਲੋਕ ਅਕਾਲੀ ਬਹੁਤ ਸਾਰੇ ਟਕਸਾਲੀ ਅਕਾਲੀ ਅਕਾਲੀ ਪਾਰਟੀ ਤੋਂ ਦੁਖੀ ਆ ਉਹ ਪਾਰਟੀ ਤੋਂ ਦੁਖੀ ਨਹੀਂ ਹੈ ਪਾਰਟੀ ਦੇ ਵਿਚਾਰਾਂ ਤੋਂ ਦੁਖੀ ਨਹੀਂ ਹੈ ਪਾਰਟੀ ਦੇ ਇਤਿਹਾਸ ਤੋਂ ਦੁਖੀ ਨਹੀਂ ਹੈ ਇਸ ਪਰਿਵਾਰ ਤੋਂ ਦੁਖੀ ਆ ਪ੍ਰਸ਼ਨ ਜੀ ਤੁਸੀਂ ਇਸ ਮੁੱਦੇ ਤੋਂ ਕੁਛ ਕਹਿ ਰਹੇ ਹੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਗੱਲ ਠੀਕ ਹੈ ਕਿ ਅਕਾਲੀ ਬੀਜੇਪੀ ਦੀ ਸਰਕਾਰ ਜਿਹੜੀ ਪਿਛਲੇ 8 ਸਾਢੇ 8 ਸਾਲ ਤੋਂ ਕਾਬਲ ਦਾ ਪੰਜਾਬ 'ਤੇ ਇਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਐਂਟੀ ਇਨਕੰਬੈਂਸੀ ਫੈਕਟਰ ਜਿਹੜਾ ਉਹ ਆਪਣੇ ਆਪ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਜੀ ਜੀ ਔਰ ਇਹ ਜਿਹੜਾ ਅਗਲੇ ਇਲੈਕਸ਼ਨਾਂ ਵਿੱਚ ਜ਼ਰੂਰ ਨਜ਼ਰ ਆਏਗਾ ਮੇਰੇ ਪਿੱਛੇ ਜੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਨਾਲ ਗੱਲ ਹੋਈ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਆ ਪੰਜਾਬ ਜੀ ਜੀ ਉਹ ਕਹਿੰਦੇ ਅਸੀਂ ਜਿਸ ਪਿੰਡ 'ਤੇ ਜਾਂਦੇ ਜਿਸ ਸ਼ਹਿਰ 'ਚ ਜਾਂਦੇ ਹਾਂ ਲੋਕ ਇਹ ਕਹਿੰਦੇ ਹੈ ਕਿ ਇਹਨਾਂ ਚੋਰਾਂ ਤੋਂ ਸਾਡਾ ਪਿੱਛਾ ਛੁਡਾਓ ਓਕੇ ਚੋਰਾਂ ਦਾ ਮਤਲਬ ਅਕਾਲੀ ਬੀਜੇਪੀ ਐਸ ਵੈਲ ਐਸ ਦੀ ਕਾਂਗਰਸ ਪਾਰਟੀ ਜਿੰਨੀ ਟ੍ਰੈਡੀਸ਼ਨਲ ਪਾਰਟੀਆਂ ਜੀ ਜੀ ਉਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਹੈ ਲੇਕਿਨ ਦੂਜੀ ਗੱਲ ਇਹ ਆਪਾਂ ਨੂੰ ਇਹ ਨਾ ਭੁੱਲੀਏ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੇ 2 ਚੋਣਾਂ ਜਿੱਤੀਆਂ ਬਿਲਕੁਲ ਔਰ ਉਹਨੇ ਚੋਣ ਜਿੱਤਣ ਦਾ ਫਾਰਮੂਲਾ ਪਰਫੈਕਟ ਕਰ ਲਿਆ ਉਹ ਆਪ ਐਲਾਨੀਆਂ ਕਹਿੰਦਾ ਛਾਤੇ ਦੇ ਹੱਥ ਮਾਰ ਕੇ ਕਿ ਸਾਨੂੰ ਟੰਗ ਦਿਰ ਕੇ ਆਉਂਦੇ ਸਾਨੂੰ ਟੰਗ ਦਿਰ ਕੇ ਆਉਂਦੇ ਆ ਜੀ ਅਤੇ ਦੇਖੋ ਉਹਨਾਂ ਕੋਲ ਮਨੀ ਪਾਵਰ ਮਸਲ ਪਾਵਰ ਸਟੇਟ ਪਾਵਰ ਪੁਲਿਸ ਪਾਵਰ ਸਭ ਕੁਝ ਹੈਗਾ ਜਦੋਂ ਕਿ ਵਿਰੋਧੀ ਆਪਸ ਵਿੱਚ ਵੱਡੇ ਵਿਆਹ ਲੜ ਰਹੇ ਆ ਉਹ ਵਿਰੋਧੀ ਆਪਸ ਵਿੱਚ ਲੜੇ ਹੋਏ ਆ ਕੋਈ ਉਹਨੂੰ ਉਹ ਹੋਸ਼ ਹੀ ਕੋਈ ਨਹੀਂ ਹੈ ਜੀ ਜੀ ਅਗਰ ਕਾਂਗਰਸ ਪਾਰਟੀ ਨੂੰ ਇਹ ਖਿਆਲ ਹੋਵੇ ਕਿ ਇਲੈਕਸ਼ਨ ਸਿਰ 'ਤੇ ਆ ਗਏ ਆ ਆਪਾਂ ਹੁਣ ਇਕੱਠੇ ਹੋਈਏ ਜੇ ਪਾਰਟੀ ਦਾ ਪ੍ਰਧਾਨ ਬਦਲਿਆ ਤਾਂ ਬਦਲੋ ਬਦਲ ਕੇ ਆਪਾਂ ਸਿੱਧਾ ਤੁਰੀਏ ਉਹ ਕੋਈ ਹੈ ਹੀ ਨਹੀਂ ਉਹ ਆਪਸ ਵਿੱਚ ਲੜੀ ਜਾਂਦੇ ਆ ਉਸ ਤੇ ਜੁਮਲੇ ਕਰ ਰਿਹਾ ਉਸ ਤੇ ਜੁਮਲੇ ਕਰ ਰਿਹਾ ਉਹ ਲੋਕੀ ਦੇਖ ਕੇ ਹੈਰਾਨ ਹੋ ਰਹੇ ਕਿ ਗੱਲ ਸੁਣੋ ਕਨ ਸਾਹਿਬ ਜੇ ਲੋਕਾਂ ਦੇ ਪੈਸੇ ਵੰਡ ਕੇ ਭੁੱਕੀ ਖਵਾ ਕੇ ਨਸ਼ੇ ਚਿੱਟੇ ਖਵਾ ਕੇ ਲੋਕਾਂ ਦੀ ਜ਼ਮੀਰ ਖਰੀਦ ਕੇ ਦੂਜਿਆਂ ਦੇ ਘਰ ਦਾ ਰਾਜ ਆ ਗਿਆ ਕਹਿੰਦੇ ਕਿ ਆਪਣਾ ਘਰ ਵੀ ਦੇਖਣਾ ਮੈਂ ਕਿ ਤੁਸੀਂ ਆਪਣਾ ਇੱਕ ਰਾਜ ਆ ਗਿਆ
ਇਹ ਸਾਰੇ ਜਿਹੜੇ ਢੰਗ ਤਰੀਕੇ ਉਹੀ ਨੇ ਨਾ ਕਹਿੰਦਾ ਸਰ ਜਿਹੜੇ ਹੋਰ ਲੋਕੀ ਬਿਲਕੁਲ ਠੀਕ ਹੈ ਕਿ ਅਕਾਲੀਆਂ ਦੇ ਨਾਲ ਨਾਰਾਜ਼ਗੀ ਆਪਾਂ ਤੁਹਾਡੀ ਗੱਲ ਨਾਲ ਸਹਿਮਤ ਪਰ ਮੈਂ ਇਸ ਗੱਲ ਦਾ ਜਵਾਬ 35 ਸਾਲ ਦਾ ਜਿਹੜਾ ਵੋਟਰ ਹੈ 46% ਵੋਟਰ ਹੈ ਪੰਜਾਬ ਵਿੱਚ ਤੁਸੀਂ ਇੰਟਰਨੈਟ ਤੇ ਕੱਢ ਕੇ ਦੇਖ ਉਹ ਜਾਗਰਣ ਪ੍ਰਧਾਨ ਮੰਤਰੀ ਨੇ ਦੁਬਈ 'ਚ ਜਾ ਕੇ ਕਿਹਾ ਕਿ 35% ਜਿਹੜੇ ਉੱਪਰ ਜਿਹੜੇ ਹੈਗੇ ਆ ਦੇਸ਼ ਦੇ ਵਿੱਚ ਐਸੇ ਜਵਾਨ ਹੈ ਜਿਨ੍ਹਾਂ ਨੇ ਫੈਸਲਾ ਕਰ ਭਾਜੀ ਇੰਟਰਨੈਟ ਦੇ ਉੱਤੇ ਸਭ ਤੋਂ ਮੇਘਾਲਿਆ ਵਿੱਚ 54% 18-35 ਜੀ ਜੀ ਔਰ ਸਭ ਤੋਂ ਘੱਟ ਕੇਰਲਾ ਵਿੱਚ 37% ਪਾਪੂਲੇਸ਼ਨ ਵੋਟਰ ਹੈਗਾ ਔਰ ਪੰਜਾਬ ਵਿੱਚ 46% ਹੈ 46% ਵੋਟਰ 18-35 ਆ ਉਹ ਜਾਗਰਤ ਹੋ ਚੁੱਕਾ ਹੈ ਔਰ ਉਹ ਇਹ ਜਿਹੜੀ ਪੈਸੇ ਵਾਲੀ ਪਾਲਿਸੀ ਹੈ ਫੀ ਵਾਲੀ ਪਾਲਿਸੀ ਹੈ ਚਿੱਟਾ ਪਾਲਿਸੀ ਹੈ ਉਹਨਾਂ ਦੇ ਖਿਲਾਫ਼ ਹੈ ਔਰ ਚੇਂਜ ਲਿਆਉਣਗੇ ਜੀ ਜੀ ਕਰਨਲ ਸਾਹਿਬ ਉਹ ਵੋਟਰ ਜਾਗਰਤ ਹੋਇਆ ਤੇ ਕਾਂਗਰਸ ਨੇ ਨਹੀਂ ਮਾਰ ਪਈ ਪਿਛਲੇ ਇਲੈਕਸ਼ਨਾਂ 'ਚ ਸਵਾਲ ਇਹ ਹੈ ਕਿ ਉਹ ਜਾਗਰਤ ਹੋਇਆ ਤਾਂ ਹਰ ਪਾਰਟੀ ਲਈ ਹੋਇਆ ਜੀ ਜੀ ਸਾਰਿਆਂ ਲਈ ਬਰਾਬਰ ਹੈ ਓਕੇ ਬਿਲਕੁਲ ਓਕੇ ਪ੍ਰੋਫੈਸਰ ਮਨਜੀਤ ਸਿੰਘ ਕੁਝ ਕਹਿਣਾ ਚਾਹੁੰਦੇ ਹੋ ਜੀ ਜੀ ਮੈਂ ਤਾਂ ਗੱਲ ਨਹੀਂ ਕਰ ਰਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੀ ਵੀ ਬੰਦਾ ਜੀ ਜੇ ਉਹ ਇਹ ਭੁੱਕੀਆਂ ਵੇਚ ਕੇ ਫੀਸ ਓਕੇ ਕਰਨ ਸਾਹਿਬ ਐਗਰੀ ਇਹ ਗੱਲ ਆ ਗਈ ਹੈ ਤੁਹਾਡੀ ਲੋਕ ਉਹਨਾਂ ਦੇ ਖਿਲਾਫ ਕਰਨ ਜੀ ਆ ਗਈ ਹੈ ਗੱਲ ਤੁਹਾਡੀ ਮੈਨੂੰ ਇਹ ਲੱਗਦਾ ਕਿ ਇਹ ਗੱਲ ਕਹਿਣੀ ਵੈਸੇ ਪਬਲਿਕਲੀ ਕਿ ਉਹ ਪੈਸੇ ਨਾਲ ਮਹਾਰਤ ਕਰ ਗਿਆ ਮਾਹਰ ਹੋ ਗਏ ਬੇਵਕੂਫ ਬਣਾਉਣ ਦੇ ਨਹੀਂ ਇਹ ਗੱਲ ਕਹਿਣੀ ਇਹ ਲੋਕਾਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਮਤਲਬ ਇਹ ਗੱਲ ਨੂੰ ਕਹਿਣਾ ਮੰਨਣਾ ਇਹ ਸੋਚਣਾ ਵੀ ਪੰਜਾਬੀਆਂ ਦੀ ਪੰਜਾਬ ਦੇ ਲੋਕਾਂ ਦੀ ਆਮ ਸਿਟੀਜ਼ਨ ਦੀ ਆਮ ਵੋਟਰ ਦੀ ਇੱਕ ਬੇਇੱਜ਼ਤੀ ਵਾਲੀ ਗੱਲ ਹੈ ਕਿ ਉਹ ਖਰੀਦੇ ਜਾ ਸਕਦੇ ਆ ਮਨਜੀਤ ਸਿੰਘ ਸਵਾਲ ਇਹ ਹੈ ਕਿ ਪੰਜਾਬੀਆਂ ਦੀ ਜਿਹੜੀ ਭਾਵਨਾ ਵਾ ਅਸੀਂ ਉਹਨਾਂ 'ਤੇ ਕਿੰਨਾ ਖਰਾ ਉਤਰ ਰਹੇ ਹਾਂ ਕੁਐਸਚਨ ਇਹ ਹੈ ਨਹੀਂ ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਹਾਲ ਦੀ ਘੜੀ ਜਿਸ ਤਰ੍ਹਾਂ ਪਿਛਲੀ ਡਿਬੇਟ 'ਚ ਵੀ ਤੁਸੀਂ ਇੱਕ ਸ਼ਬਦ ਦਿੱਤਾ ਸੀ ਭੰਬਲ ਭੂਸਾ ਜੀ ਉਹ ਭੰਬਲ ਭੂਸਾ ਤਾਂ ਪਿਆ ਅਸੀਂ ਪਿਛਲੀ ਡਿਬੇਟ 'ਚ ਇਹ ਵੀ ਗੱਲ ਕਹੀ ਸੀਗੀ ਕਿ ਇਹ ਬਿੱਲੀਆਂ ਦੀ ਲੜਾਈ 'ਚ ਬਾਂਦਰ ਫਾਇਦਾ ਨਾ ਠਾ ਜੇ ਇਹ ਹੁੰਦਾ ਆ ਕਿਉਂਕਿ ਆਫਟਰ ਆਰ ਹੈੱਡ ਕਾਊਂਟ ਆ ਜੇ ਤੁਸੀਂ ਆਪਸ ਵਿੱਚ ਬਰਾਬਰ ਬਰਾਬਰ ਵੋਟਾਂ ਮੰਨ ਦਿਓਗੇ ਤਾਂ ਤੀਸਰਾ ਫਾਇਦਾ ਲੈ ਸਕਦਾ ਇਸ ਕਰਕੇ ਬੜਾ ਜ਼ਰੂਰੀ ਹੈ ਭੰਬਲ ਭੂਸੇ 'ਚੋਂ ਨਿਕਲਿਆ ਜਾਏ ਓਕੇ ਨਿਕਲਦੀ ਆਪਾਂ ਕਰਨਾ ਸਾਹਿਬ ਇੱਕ ਗੱਲ ਆਪਾਂ ਨਹੀਂ ਭੁੱਲ ਸਕਦੇ ਕਿ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਪੰਜਾਬ ਦੇ ਲੋਕ ਕੀ ਸੋਚਦੇ ਆ ਪੋਲੀਟੀਕਲ ਪਾਰਟੀਆਂ ਕੀ ਸੋਚਦੇ ਆ ਇੱਕ ਗੱਲ ਕਰਨਾ ਸਾਹਿਬ ਜਿਹੜੀ ਬੜੀ ਉਹ ਪਾਰਟੀ ਹਾਈ ਕਮਾਂਡ ਦੇ ਉੱਤੇ ਲਾਗੂ ਹੁੰਦੀ ਹੈ ਜਦੋਂ ਇੱਦਾਂ ਦੀ ਜੰਗ ਜਿਹੜੀ ਪੰਜਾਬ ਦੇ ਵਿੱਚ ਲੜੀ ਜਾ ਰਹੀ ਹੈ ਇੱਕ ਦੂਜੇ ਦਾ ਤਲਵਾਰਾਂ ਖਿੱਚੀਆਂ ਵੀ ਆ ਜਿਹੜੀ ਪਾਰਟੀ ਹਾਈ ਕਮਾਂਡ ਆ ਉਹ ਕਿਉਂ ਨਹੀਂ ਰੋਕ ਰਹੀ ਲੱਗਦਾ ਕਿ ਪਾਰਟੀ ਹਾਈ ਕਮਾਂਡ ਕਮਜ਼ੋਰ ਪੈ ਗਈ ਹੈ ਮੈਂ ਇਹ ਨਹੀਂ ਕਹਿ ਸਕਦਾ ਪਰ ਮੈਂ ਇਹ ਤੁਹਾਡੇ ਨਾਲ ਸਹਿਮਤ ਹਾਂ ਜੀ ਕਿ ਇਟ ਇਜ਼ ਹਾਈ ਟਾਈਮ ਦ ਪਾਰਟੀ ਸ਼ੁੱਡ ਟੇਕ ਅ ਫਰਮ ਡਿਸੀਜਨ ਐਂਡ ਦੇ ਸ਼ੁੱਡ ਟੇਕ ਡਿਸੀਜਨ ਇਮੀਡੀਏਟਲੀ ਅਦਰਵਾਈਜ਼ ਇਟ ਵਿਲ ਬੀ ਵੈਰੀ ਲੇਟ ਓਕੇ ਓਕੇ ਸਭ ਤੋਂ ਵੱਡਾ ਕ੍ਰਾਈਸਿਸ ਹੈ ਕਿ ਪਾਰਟੀਆਂ ਕਿਸੇ ਆਈਡੀਆਜ਼ ਨਾਲ ਕਿਸੇ ਵਿਚਾਰ ਦੇ ਨਾਲ ਨਹੀਂ ਖੜੀਆਂ ਸੱਤਾ ਨੂੰ ਹਥਿਆਉਣ ਦੀਆਂ ਸਾਰੇ ਦਾਅ ਪੇਚਾਂ ਲਈ ਖੜੀਆਂ ਜੇ ਉਹ ਵਿਚਾਰਾਂ ਨਾਲ ਖੜੀਆਂ ਹੋਣ 'ਤੇ ਫੈਸਲੇ ਹੋ ਸਕਦੇ ਆ ਇਮਾਨਦਾਰੀ ਲੀਡਰਾਂ ਅਤੇ ਪਾਰਟੀਆਂ 'ਚ ਨਹੀਂ ਰਹੀ ਇਹੀ ਕਾਰਨ ਆ ਕਿ ਇੰਨੀ ਲੜਾਈ ਆ ਇਹੀ ਕਾਰਨ ਆ ਕਿ ਕਿਤੇ ਕੋਈ ਸਾਨੂੰ ਅਲਟਰਨੇਟਿਵ ਮੈਂ ਇੱਕ ਬੜਾ ਇੰਪੋਰਟੈਂਟ ਕੁਐਸਚਨ ਜਿਹੜੇ ਬੀ ਕੇ ਜਰਨਲਿਸਟ ਤੁਹਾਡੇ ਕੋਲ ਜਾਣਨਾ ਚਾਹੁੰਦਾ ਇਸ ਵੇਲੇ ਸੱਤਾ ਦੇ ਗਲਿਆਰਿਆਂ ਦੇ ਅੰਦਰ ਇਹ ਜਿਹੜਾ ਕੁਐਸਚਨ ਬੜਾ ਘੁੰਮ ਰਿਹਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਗਰ ਕਾਂਗਰਸ ਉਹਨੂੰ ਨਹੀਂ ਅਸੈਪਟ ਕਰਦੀ ਵੱਖਰੀ ਪਾਰਟੀ ਬਣਾਉਣਗੇ ਦੇਖੋ ਇਹ ਗੱਲ ਬੜੀ ਉੜੀ ਹੋਈ ਹੈ ਜੀ ਇਹ ਸਿਆਸੀ ਹਲਕਿਆਂ 'ਚ ਅਖਬਾਰਾਂ 'ਚ ਵੀ ਆਈ ਹੈ ਹਾਲਾਂਕਿ ਕੈਪਟਨ ਅਮਰਿੰਦਰ ਔਨ ਰਿਕਾਰਡ ਤਾਂ ਇਹ ਡਿਨਾਈ ਕਰਦੇ ਕਿ ਇਹੋ ਜਿਹੀ ਗੱਲ ਹੀ ਕੋਈ ਨਹੀਂ ਔਰ ਇਹ ਅਫਵਾਹ ਵੀ ਮੇਰੇ ਜਿਹੜੇ ਵਿਰੋਧੀ ਹੈ ਲੇਕਿਨ ਉਹਨਾਂ ਦੇ ਜਿਹੜੇ ਨਜ਼ਦੀਕੀ ਬੰਦੇ ਹੈ ਉਹ ਦਬੀ ਜ਼ੁਬਾਨ 'ਚ ਇਹੋ ਜਿਹੀ ਗੱਲ ਜ਼ਰੂਰ ਕਰਦੇ ਹੈ ਕਿ ਦੇਖੋ ਗੱਲ ਇਹ ਹੈ ਕਿ ਅਸੀਂ ਪਿਛਲੇ 10 ਸਾਲ ਧੱਕੇ ਖਾ ਰਹੇ ਹਾਂ ਵਿਲਡਰਨੈਸ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਅਕਾਲੀ ਵਾਜਪਾਈ ਸਰਕਾਰ ਹੈ ਜੀ ਹੁਣ ਦਿੱਲੀ ਦੇ ਵਿੱਚ ਵੀ ਮੋਦੀ ਆ ਗਿਆ ਮੋਦੀ ਸਰਕਾਰ ਬਣ ਗਈ ਹੈ ਉੱਥੇ ਵੀ ਕੋਈ ਅਸੀਂ 5 ਸਾਲ ਹੋਰ ਧੱਕੇ ਨਹੀਂ ਖਾ ਸਕਦੇ ਓਕੇ ਕਰਨਲ ਜੀ ਜਿਹੜੇ ਇਸ ਮੁੱਦੇ 'ਤੇ ਅਸੀਂ ਬਰੀਫ ਦੇ ਵਿੱਚ ਕੋਈ ਆਪਣੇ ਦਰਸ਼ਕਾਂ ਲਈ ਜਾਣਨਾ ਚਾਹਾਂਗੇ ਜੋ ਪ੍ਰਾਸ਼ਯ ਜੀ ਨੇ ਕਿਹਾ ਕੋਈ ਇਹੋ ਜਿਹੀ ਸੰਭਾਵਨਾ ਲੱਗਦੀ ਹੈ ਕਿ ਕੈਪਟਨ ਅਮਰਿੰਦਰ ਲੋੜ ਪਈ ਤਾਂ ਕਾਂਗਰਸ ਤੋਂ ਬਾਹਰ ਵੀ ਜਾ ਸਕਦਾ ਬਿਲਕੁਲ ਬਰੀਫ 'ਚ ਨਹੀਂ ਮੈਂ ਨਾ ਮੈਂ ਇਸ ਬਾਰੇ ਕੋਈ ਕਮੈਂਟ ਕਰ ਸਕਦਾ ਕਰੋਂਗੇ ਨਹੀਂ ਜੀ ਜੀ ਨਾ ਮੇਰੀ ਇਹ ਸਮਰੱਥਾ ਹੈ ਕਿ ਇਹਦੇ ਬਾਰੇ ਕਮੈਂਟ ਕਰਾਂ ਨਾ ਕੈਪਟਨ ਅਮਰਿੰਦਰ ਨੇ ਮੇਰੇ ਨਾਲ ਕੋਈ ਇਹੋ ਜਿਹੀ ਗੱਲ ਕੀਤੀ ਆ ਓਕੇ ਓਕੇ ਚਲੋ ਜਿਹੜੀ ਗੱਲ ਇਹ ਹੁਣ ਜੇ ਕੁਝ ਕੈਪਟਨ ਅਮਰਿੰਦਰ ਦੇ ਮਨ ਵਿੱਚ ਹੈ ਜੀ ਜੀ ਉਹ ਤਾਂ ਕਹਿੰਦੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੁਣ ਮੈਂ ਬੈਠਾ ਕਿਆਸ ਰਾਈਆਂ ਲਾਈਆਂ ਜਾਵਾਂ ਓਕੇ ਓਕੇ ਇਸ ਮੁੱਦੇ ਤੇ ਤਾਂ ਨਹੀਂ ਗੱਲ ਕਰ ਸਕਦੇ ਪਰ ਉਹ ਮਨਜੀਤ ਸਿੰਘ ਕਹਿਣਾ ਚਾਹੁੰਦੇ ਨੇ ਦੀ ਬਾਡੀ ਲੈਂਗੁਏਜ ਤੇ ਕਹਿੰਦੀ ਆ ਵੀ ਇਹੋ ਜਿਹਾ ਕੁਝ ਹੋਊਗਾ ਹੱਸ ਰਹੇ ਆ ਇਹ ਇਸ ਕਰਕੇ ਇਸ ਰਾਜ ਮੈਂ ਆ ਸ਼ੂਟ ਕਰਦਾ ਕਿ ਨਹੀਂ ਕਰਦਾ ਅੰਦਰ ਦੀ ਗੱਲ ਬਾਹਰ ਆਉਣੀ ਚਾਹੁੰਦੀ ਹੈ ਦਬਾ ਰਹੇ ਆ ਓਕੇ ਪਰ ਮੈਨੂੰ ਇਹ ਲੱਗਦਾ ਕਿ ਇਹ ਦੇਖੋ ਸੱਤਾ ਦਾ ਜਿਹੜਾ ਪਿਆਰ ਹੁੰਦਾ ਨਾ ਨਸ਼ਾ ਜਾਂ ਉਸ ਨੂੰ ਜਿਹੜੀ ਪ੍ਰਬਲ ਇੱਛਾ ਹੁੰਦੀ ਹੈ ਅੰਦਰੋਂ ਉਹ ਤਾਂ ਪੂਰੀ ਉਹ ਐਤਕੀ ਕੈਪਟਨ ਵੀ ਬੜਾ ਪੂਰੇ ਜੋਸ਼ ਖਰੋਸ਼ ਵਿੱਚ ਹੈਗਾ ਕੁਛ ਨਾ ਕੁਛ ਤਾਂ ਕਰਨਗੇ ਪਰ ਇਹਦੇ ਵਿੱਚੋਂ ਇਹ ਜ਼ਰੂਰ ਵੇਖ ਲੈਣਾ ਚਾਹੀਦਾ ਵੀ ਹੱਥ ਕੀ ਲੱਗੂਗਾ ਓਕੇ ਓਕੇ ਥੈਂਕ ਯੂ ਵੈਰੀ ਮੱਚ ਕਦੇ ਹੱਥ ਆਉਂਦਾ ਹੈ ਆਉਂਦਾ ਕਿ ਨਹੀਂ ਕਰਨਲ ਸਾਹਿਬ ਥੈਂਕ ਯੂ ਵੈਰੀ ਮੱਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਹੈ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵੱਡੇ ਆਦਮੀ ਹੈ ਦੁਨੀਆ 'ਚ ਮੰਨੇ ਪ੍ਰਮੰਨੇ ਨੇਤਾ ਹੈ ਉਹ ਅਕਸਰ ਜਦੋਂ ਵੱਖ ਵੱਖ ਵਰਗਾਂ ਨਾਲ ਗੱਲ ਕਰਦੇ ਹੈ ਤਾਂ ਕਈ ਵਾਰੀ ਕਹਿੰਦੇ ਕਿ ਮੈਂ ਆਪਣੇ ਮਨ ਕੀ ਬਾਤ ਜਿਹੜੀ
मैं ये भी गल जी है इतने कहना चाहना कि पिछले लंबे समय के जरा पंजाब की राजनीति वेख के जो कुछ वापर जो साढ़े मेहमाना की रह बनी है मेरे मन च भी थोड़ी जी एक नाराजगी या निराशता कह जा सकता जरूर आई है। मैं लगता कि जे मैं एक चंगा चित्रकार हों तो यह रंगा वाला एक चित्र बना जिदे ते कैप्टन अमरिंदर सिंह कांग्रेस के घोड़े ते सवार होकर लगामा उस दियां उहदे मूँह च हुंदियां और एक तलवार जिहड़ी हैगी बीबी पठल दे नाल जूझ रही हुंदी, दूजी तलवार कैप्टन अमरिंदर सिंह दी बाजवा दे नाल जूझ रही हुंदी, तीजी तलवार दे नाल जिदां हिंदुस्तान दे च देवियां दे कई कई हथ हुंदे आ तीजी तलवार दे नाल उह बादल परिवार नूं ललकार रहे हुंदे कि सिंघासन ते किदां कब्जा करना है। मेरी भी एक छोटी जी मन दी बात सी, दर्शकां नूं किहो जी लगी मैनूं जवाब जरूर देना। इन्हां सारे मुद्दों पर मैं अपने दर्शकों का अपने मेहमानों का धन्यवादी हाँ और प्रोग्राम लई साडा स्नेह है जगतार सिद्धू @ globalpunjabtv.com